ਪਠਾਨਕੋਟ ਅੰਮ੍ਰਿਤਸਰ ਨੈਸ਼ਨਲ ਰੋਡ ਤੇ ਇੱਕ ਹਾਦਸਾ ਵਾਪਰਿਆ ਜਦੋਂ ਇੱਕ ਤੇਜ਼ ਰਫ਼ਤਾਰ ਪ੍ਰਾਈਵੇਟ ਬੱਸ ਨੇ ਮੋਟਰਸਾਈਕਲ ਸਵਾਰ ਪਿਤਾ ਤੇ ਉਸਦੀ ਬੇਟੀ ਨੂੰ ਟੱਕਰ ਮਾਰ ਦਿੱਤੀ, ਜਿਸ ਵਿੱਚ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਉਸਦੀ ਲੜਕੀ ਨੂੰ ਇਲਾਜ ਲਈ ਨਿੱਜੀ ਹਸਪਤਾਲ ਭੇਜਿਆ ਗਿਆ। ਬੱਸ ਚਾਲਕ ਬੱਸ ਛੱਡ ਕੇ ਮੌਕੇ ਤੇ ਫਰਾਰ ਹੋ ਗਿਆ। ਮੋਟਰਸਾਈਕਲ ਤੇ ਜਾਂਦੇ ਪਏ ਗੁੜੀਆਂ ਨੂੰ ਛੱਡਣ ਅੰਕਲ, ਤੇ ਰਸਤੇ ਦੇ ਵਿੱਚ ABTC ਬੱਸ ਆਉਂਦੀ ਵੀ ਸੀਗੀ, ਉਹਨੇ ਹਿੱਟ ਕਰਤਾ, ਐਕਸੀਡੈਂਟ ਹੋ ਗਿਆ, ਜਿਹਦੇ ਕਰਕੇ ਅੰਕਲ ਦੀ ਡੈਥ ਹੋ ਗਈ ਹੈ ਅਤੇ ਗੁੜੀਆਂ ਨੂੰ ਥੋੜ੍ਹੀ ਜਿਹੀ ਸੱਟਾਂ ਲੱਗੀਆਂ, ਉਹ SKR ਹੋਸਪਿਟਲ ਐਡਮਿਟ ਹੈ। ਕਿੱਥੇ ਹੋਇਆ ਇਹ ਜੀ? ਜਿਹੜੀ ਆਪਣੀ ਬਿਜਲੀ ਘਰ ਆ, ਜਿਹੜਾ ਆਪਣਾ ਸਰਨੇ ਕਲੋਨੀ, ਉਹਦੇ ਬਾਹਰ ਹੀ ਹੋਇਆ ਐਂਟਰੈਂਸ 'ਤੇ। ਇਹ ਬੱਸ ਜੀ ABTC ਦੀ ਬੱਸ ਸੀਗੀ ਸ਼ਾਇਦ ਮੇਰੇ ਖਿਆਲ ਉੱਥੇ, ਅਤੇ ਉਹ ਮਤਲਬ ਉਹਨੇ ਟੱਕਰ ਮਾਰਤੀ ਓਵਰਟੇਕ ਕਰਦੇ ਕਰਦੇ। ਕਿ ਇੱਦਾਂ ਦੇ ਜਿਹੜੇ ਡਰਾਈਵਰ ਨੇ ਜਿਹੜੇ ਅੰਮ੍ਰਿਤਸਰ ਦਾ, ਅਸੀਂ ਆਏ ਦਿਨਾਂ 'ਚ ਅਸੀਂ ਦੇਖਦੇ ਹਾਂ, ਇਹਨਾਂ ਦਾ ਕੰਮ ਹੀ ਇਹੀ ਹੈ ਕਿ ਹਰ ਹਫ਼ਤੇ, ਦੋ ਹਫ਼ਤੇ, ਤਿੰਨ ਹਫ਼ਤੇ ਬਾਅਦ ਇੱਦਾਂ ਦੀ ਸਾਨੂੰ ਖਬਰ ਸੁਣਨ ਨੂੰ ਮਿਲਦੀ ਹੈ ਕਿ ਇਹਨਾਂ ਨੇ ਐਕਸੀਡੈਂਟ ਕਰਤਾ, ਅਤੇ ਇਹਨਾਂ 'ਤੇ ਕੋਈ ਨਾ ਕੋਈ ਇੱਦਾਂ ਦੀ ਕਾਰਵਾਈ ਕੀਤੀ ਜਾਏ ਜਾਂ ਕੋਈ ਰੂਲ ਬਣਾਇਆ ਜਾਏ ਜਿਨ੍ਹਾਂ 'ਤੇ ਇਹਨਾਂ 'ਤੇ ਰੋਕ ਲਾਈ ਜਾ ਸਕੇ। ਮੇਰੇ ਤਲਾਬ ਨਹੀਂ ਸੀ ਕਿ ਸਰ ਨੇ ਬਿਜਲੀ ਬੋਰਡ ਘਰ ਦਫ਼ਤਰ ਦੇ ਸਾਹਮਣੇ ਜਿਹੜਾ ਉਹ ਐਕਸੀਡੈਂਟ ਹੋਇਆ ਬੱਸ ਦਾ ਅਤੇ ਮੋਟਰਸਾਈਕਲ ਦਾ। ਪੜਤਾਲ ਕਰਦੇ ਪਤਾ ਲੱਗਾ ਵੀ ABCD ਬੱਸ ਜਿਹੜੀ ਹੈਗੀ ਆ ਇਹ PB02BAV 88-97 ਇਹ ਪਠਾਨਕੋਟ ਤੋਂ ਜਿਹੜੀ ਬਹੁਤ ਤੇਜ਼ ਰਫ਼ਤਾਰ ਲਈ ਜਾ ਰਹੀ ਸੀ, ਅਤੇ ਅਗਲੇ ਪਾਸੇ ਤੋਂ ਇੱਕ ਵਿਜੇ ਕੁਮਾਰ ਆਪਣੀ ਲੜਕੀ ਪ੍ਰਿੰਕਾ ਚੌਰੀ ਨਾਲ ਜਿਹੜਾ ਪਠਾਨਕੋਟ ਨੂੰ ਆ ਰਿਹਾ ਸੀਗਾ। ਇਹ ਜਿਹੜੇ ਬੱਸ ਡਰਾਈਵਰ ਨੇ ਬੱਸ ਬਹੁਤ ਤੇਜ਼ ਰਫ਼ਤਾਰ ਚਲਾ ਕੇ ਬੱਸ ਨੂੰ ਹੋਰ ਕਿਸੇ ਗੱਡੀ ਨੂੰ ਕ੍ਰਾਸ ਕਰਨ ਲੱਗਿਆ ਉਹਦੇ ਵਿੱਚ ਮਾਰੀ, ਜਿਹਦੇ ਨਾਲ ਵਿਜੇ ਕੁਮਾਰ ਦੀ ਮੌਕੇ ਡੈਥ ਹੋ ਗਈ, ਉਹ ਲੜਕੀ ਪ੍ਰਿੰਕਾ ਜਿਹੜੀ ਉਹ ਜ਼ਖਮੀ ਹੋ ਗਈ ਆ, ਜਿਹੜੀ ਅਸੀਂ ਸਿਵਲ SKR ਹੋਸਪਿਟਲ ਦਾਖਲ ਆ, ਜਿਹਦੇ ਬਿਆਨ 'ਤੇ ਆਪਾਂ ਪਰਚਾਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਅਤੇ ਸਰ ਬੱਸ ਚਾਲਕ ਵਗੈਰਾ? ਬੱਸ ਚਾਲਕ ਜੀ ਉੱਥੋਂ ਭਗੌੜਾ ਜੀ, ਗ੍ਰਿਫਤਾਰ ਜਲਦੀ ਕਰ ਲਿਓ। ਪਠਾਨਕੋਟ ਤੋਂ ਧਰਮਿੰਦਰ ਠਾਕੁਰ ਦੀ ਰਿਪੋਰਟ।